ਗੁਰਦਾਸਪੁਰ ਜ਼ਿਲ੍ਹੇ ਦੀ ਰਾਜਨੀਤੀ ਦੇ ਵਿੱਚ ਇੱਕ ਨਵਾਂ ਭੂਚਾਲ ਆ ਗਿਆ। ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇ ਹਰੀ ਤੋਂ ਨਾਰਾਜ਼ ਅਕਾਲੀ ਆਗੂ ਨੇ ਹਨੂੰਮਾਨ ਚੌਂਕ ਵਿੱਚ ਵਿਸ਼ਾਲ ਰੈਲੀ ਕੀਤੀ ਅਤੇ ਜ਼ਿਲ੍ਹਾ ਪ੍ਰਧਾਨ ਬੱਬੇ ਹਰੀ ਦਾ ਖੁੱਲ੍ਹ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ ਨੇ ਦੋਸ਼ ਲਗਾਇਆ ਕਿ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇ ਹਰੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਪੁਰਾਣੇ ਅਕਾਲੀ ਆਗੂਆਂ ਦੀ ਕਦਰ ਨਾ ਕਰਕੇ ਧੜੇਬੰਦੀ ਨੂੰ ਬੜਾਵਾ ਦਿੱਤਾ। ਇਸ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬੱਬੇ ਹਰੀ ਨੂੰ ਗੁਰਦਾਸਪੁਰ ਤੋਂ MLA ਦੀ ਟਿਕਟ ਨਾ ਦਿੱਤੀ ਜਾਵੇ ਅਤੇ ਪੁਰਾਣੇ ਅਕਾਲੀ ਆਗੂ ਨੂੰ ਟਿਕਟ ਦਿੱਤੀ ਜਾਵੇ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਹਰਦੇਵ ਸਿੰਘ ਬਾਜਚੱਕ ਅਤੇ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇ ਹਰੀ ਨੇ ਸਿਰਫ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਅਤੇ ਜ਼ਿਲ੍ਹੇ ਦੇ ਵਿੱਚ ਧੜੇਬੰਦੀ ਨੂੰ ਬੜਾਵਾ ਦਿੱਤਾ, ਜਿਸ ਕਰਕੇ ਜ਼ਿਆਦਾਤਰ ਅਕਾਲੀ ਆਗੂ ਅਤੇ ਵਰਕਰ ਜ਼ਿਲ੍ਹਾ ਪ੍ਰਧਾਨ ਤੋਂ ਖਫਾ ਹਨ। ਇਸ ਲਈ ਉਹਨਾਂ ਨੇ ਅੱਜ ਗੁਰਦਾਸਪੁਰ ਵਿੱਚ ਇਕੱਠ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਤੋਂ ਮੰਗ ਕੀਤੀ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਬੱਬੇ ਹਰੀ ਨੂੰ ਟਿਕਟ ਨਾ ਦਿੱਤੀ ਜਾਵੇ ਅਤੇ ਪੁਰਾਣੇ ਅਕਾਲੀ ਆਗੂ ਨੂੰ ਮੌਕਾ ਦਿੱਤਾ ਜਾਵੇ। ਅਕਾਲੀ ਦਲ ਦੇ ਵਰਕਰ ਮਾਯੂਸ ਹੋ ਕੇ ਪਿਛਲੇ 5 ਸਾਲ ਤੋਂ ਘਰ ਦੇ ਵਿੱਚ 10 ਸਾਲ ਤੋਂ ਬੈਠੇ ਹੋਏ ਸੀਗੇ, ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਗੁਰਦਾਸਪੁਰ ਦੇ ਵਿੱਚ ਇੱਕ 13 ਨੁਕਤੀ ਜੋ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਸੋਚ ਦੇ ਨਾਲ ਜੋ ਉਹਨਾਂ ਨੇ 13 ਨੁਕਤੀ ਪ੍ਰੋਗਰਾਮ ਦਿੱਤਾ ਹੈ ਉਹਨੂੰ ਲੋਕਾਂ ਤੱਕ ਪਹੁੰਚਾਉਣ ਲਈ ਇਹ ਛੋਟੀ ਜਿਹੀ ਰੈਲੀ ਕੀਤੀ ਗਈ ਹੈ। ਅਤੇ ਇਸ ਦੇ ਵਿੱਚ ਉਹ ਅਕਾਲੀ ਦਲ ਦੇ ਵਰਕਰ ਆਏ ਨੇ ਪਿਛਲੇ ਜਿਹੜੇ 10 ਸਾਲ ਤੋਂ ਇਸ ਹਲਕੇ ਦਾ ਜਿਹੜਾ ਅਕਾਲੀ ਦਲ ਦਾ MLA ਸੀਗਾ ਸਾਡਾ ਜ਼ਿਲ੍ਹਾ ਪ੍ਰਧਾਨ ਸੀਗਾ ਉਹਨੇ ਸਤਾਏ ਹੋਏ ਲੋਕ ਇਹ ਵਿਚਾਰੇ ਘਰਾਂ ਦੇ ਵਿੱਚ ਬੈਠੇ ਸੀਗੇ ਅਤੇ ਅੱਜ ਵਤੀਰਾ ਕੱਟ ਕੇ ਇਸ ਰੈਲੀ ਦੇ ਵਿੱਚ ਪਹੁੰਚੇ। ਦੇਖੋ ਜੀ, ਲੜਾਈ ਇਹ ਅਕਾਲੀ ਦਲ ਨੂੰ ਬਚਾਉਣ ਦੀ ਹੋਂਦ ਹੈ, ਠੀਕ ਹੈ ਜੀ। ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਜਿਹੜੇ ਹਲਕੇ 'ਤੇ ਜਾਂਦੇ ਆ, ਕਦੀ ਵੀ ਕਿਸੇ ਵੀ ਜ਼ਿਲ੍ਹਾ ਪ੍ਰਧਾਨ ਨੇ ਜਾ ਕੇ ਹਲਕਿਆਂ ਦੇ ਵਿੱਚ ਟਿਕਟਾਂ ਦੀਆਂ ਸਿਫਾਰਿਸ਼ਾਂ ਨਹੀਂ ਕੀਤੀਆਂ। ਇਹ ਕੰਮ ਹੁੰਦਾ ਪਾਰਟੀ ਪ੍ਰਧਾਨ ਦਾ, ਕੋਰ ਕਮੇਟੀ ਦਾ। ਲੇਕਿਨ ਇਸ ਜ਼ਿਲ੍ਹਾ ਪ੍ਰਧਾਨ ਨੇ ਵੱਖ ਵੱਖ ਹਲਕਿਆਂ 'ਚ ਜਾ ਕੇ ਲੜਾਈਆਂ ਪਾ ਦਿੱਤੀਆਂ ਹੈ, ਤਾਂ ਕਰਕੇ ਕਿ ਕਾਂਗਰਸ ਨੂੰ ਫਾਇਦਾ ਹੋ ਜੇ। ਪਤਾ ਨਹੀਂ ਕੀ ਗਿੱਠੀ ਮਿੱਠੀ ਇਹਨਾਂ ਦੀ ਸਾਜਿਸ਼ ਹੈ ਕਾਂਗਰਸ ਦੇ ਨਾਲ। ਅਕਾਲੀ ਦਲ ਦਾ ਵਰਕਰ ਪੁਰਾਣਾ ਮਾਰਿਆ ਜਾ ਰਿਹਾ ਹੈ। ਜਿਹੜੇ ਲੋਕਾਂ ਦੇ ਉੱਤੇ ਇਹ ਹੱਥ ਰੱਖ ਰਹੇ ਨੇ, ਉਹ ਲੋਕਾਂ ਦੇ ਉੱਤੇ ਉਹਨਾਂ ਦਾ ਪਿਛੋਕੜ ਵੇਖਣਾ ਚਾਹੀਦਾ ਕਿ ਉਹ ਕਿੰਨੇ ਕੁ ਪੁਰਾਣੇ ਅਕਾਲੀ ਨੇ।
की अकाली दल की उन्होंने देन है, जेडे परिवार 40-40 साल तो अकाली दल के लिए दिन रात एक कर करके मेहनत करते हैं उन्होंने ये नकारन के अहम रोल अदा कर रहा है। और वास्ते असी अज प्रोग्राम रखे देखो उन्होंने मानसिकता जे मैं आ जा बब्बे आली साहब कहिंदे मेरे मुंडे दे बहुत परचे होए ने, परचे करे होए ने 420 दे। इस तरीके दियां ये जिहड़ियां दूषणबाजियां जिन्ना वधाई जाणगे उन्ना वधी जाऊगा। इस करके पार्टी नूं मजबूत करन वाले पासे तुरो, ना कि धड़ेबंदी पैदा करके अकाली दल नूं नीवें वाले पासे नूं लैके चलो। आवाज़ कम टीवी लई गुरदासपुर तों पत्रकार सरविंदर सिंह दी रिपोर्ट।